ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਗੁਰਪ੍ਰੀਤ ਸਿੰਘ ਤੁਹਾਡੇ ਸਾਹਮਣੇ ਇੱਕ ਵਿਸ਼ਾ ਲੈ ਕੇ ਆਇਆ ਹਾਂ ਜੋ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਖਿੜਕੀਆਂ ਵਿੱਚੋਂ ਹੈ। ਇਸਤਰੀ ਅਤੇ ਪੁਰਸ਼ ਵੱਖ ਵੱਖ ਢੰਗ ਨਾਲ ਸੂਚਨਾ ਦਿੰਦੇ ਹਨ। ਇੱਕ ਇਸਤਰੀ ਰਾਤ ਨੂੰ ਘਰ ਨਹੀਂ ਆਉਂਦੀ, ਸਵੇਰੇ ਪਤੀ ਪੁੱਛਦਾ ਹੈ ਕਿੱਥੇ ਰਹੀ, ਕਿਆ ਸਹੇਲੀ ਦੇ ਘਰ ਰਹਿ ਗਈ ਸੀ। ਪਤੀ ਨੂੰ ਸ਼ੱਕ ਹੋਇਆ, ਉਸਨੇ ਪਤਨੀ ਦੀਆਂ ਸਾਰੀਆਂ ਸਹੇਲੀਆਂ ਨੂੰ ਫੋਨ ਕੀਤਾ। ਹਰ ਕਿਸੇ ਨੇ ਕਿਹਾ ਮੇਰੀ ਤਾਂ ਆਈ ਨਹੀਂ, ਮੈਨੂੰ ਤਾਂ ਕਦੇ ਮਿਲੀ ਨਹੀਂ, 6 ਮਹੀਨੇ ਪਹਿਲਾਂ ਇੱਕ ਵਾਰੀ ਦਿਖਾਈ ਦਿੱਤੀ ਸੀ। ਇੱਕ ਪੁਰਸ਼ ਰਾਤ ਨੂੰ ਘਰ ਨਹੀਂ ਆਉਂਦਾ, ਸਵੇਰੇ ਪਤਨੀ ਪੁੱਛਦੀ ਹੈ ਕਿੱਥੇ ਰਿਹਾ। ਪਤੀ ਨੇ ਕਿਹਾ ਦੋਸਤ ਦੇ ਘਰ ਰਹਿ ਪਿਆ ਸੀ। ਪਤਨੀ ਨੂੰ ਸ਼ੱਕ ਹੋਇਆ, ਪਤੀ ਦੇ ਸਾਰੇ 10 ਦੋਸਤਾਂ ਨੂੰ ਫੋਨ ਕੀਤਾ। 7 ਨੇ ਕਿਹਾ ਮੇਰੇ ਘਰ ਸੁੱਤਾ ਸੀ, 2 ਨੇ ਕਿਹਾ ਅਜੇ ਵੀ ਸੁੱਤਾ ਹੋਇਆ ਹੈ, 1 ਨੇ ਪੁੱਛਿਆ ਜਗਾਵਾਂ। ਇੱਥੋਂ ਇਹ ਵਿਸ਼ਾ ਸਮਾਪਤ ਹੁੰਦਾ ਹੈ। ਧੰਨਵਾਦ ਜੀ।